गल जो तो आप आस्ट्रेली स्टडी वीज़ा की करते हैं बहुत सारे स्टूडेंट्स की इच्छा होंगी है कि असी आस्ट्रेलिया जाइए पढ़ाई करने के लिए अपना फ्यूचर जो है उत्थे सटल करिए कि हरेक प्रोफाइल एलिजिबल हो सी आस्ट्रेलियाली नहीं बहुत सारी चीज़ा होंगे जो स्टूडेंट्स तो नोफाइल देखनिया समझनिया चाहिए चीज़ा समझ तो बाद ही आस्ट्रेलिया अपलाई करे सोचना चाहिए तुम कीमती समा है वह भी जो है बर्बाद ना हो सो अज इस भीडियो के जरिए कुछ अजि ਇਹ ਗੱਲਾਂ ਸਟੂਡੈਂਟਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਪਹਿਲਾਂ ਦੇਖੋ ਆਪਣੀ ਪ੍ਰੋਫਾਈਲ ਨੂੰ ਸਮਝੋ ਤੇ ਉਸ ਤੋਂ ਬਾਅਦ ਦੇਖੋ ਕਿ ਤੁਹਾਨੂੰ ਆਸਟ੍ਰੇਲੀਆ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਸਾਰੀ ਇਨਫਰਮੇਸ਼ਨ ਖਾਸ ਗੱਲਾਂ ਤੁਹਾਡਾ ਨਾਲ ਸਾਂਝੀਆਂ ਕਰਨਗੇ ਚੋਪੜਾ ਕੰਸਲਟੈਂਸੀ ਤੋਂ ਅਬ੍ਰੋਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੇਦ ਚੋਪੜਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਦੇ ਜੀ ਆਸਟ੍ਰੇਲੀਆ ਸਟਡੀ ਵੀਜ਼ਾ ਆਪਣੇ ਆਪ ਦੇ ਵਿੱਚ ਅੱਜਕੱਲ ਬੜਾ ਹੀ ਕੰਪਲਿਕੇਟ ਬਣਿਆ ਹੋਇਆ ਹੈ ਇਕਦਮ ਆਪਰ ਰਿਜ਼ਲਟਸ ਦੀ ਗੱਲ ਕਰੀਏ ਤਾਂ ਉਹਨੇ ਉਸ ਤਰ੍ਹਾਂ ਦੇ ਰਿਜ਼ਲਟਸ ਨਹੀਂ ਆ ਰਹੇ ਜਿਸ ਤਰ੍ਹਾਂ ਦੇ ਕੰਸਲਟੈਂਟ ਸੋਚਦੇ ਨੇ ਜਾਂ ਚਾਹੁੰਦੇ ਨੇ ਜਾਂ ਸਟੂਡੈਂਟਸ ਜਿਸ ਤਰ੍ਹਾਂ ਨਾਲ ਚਾਹੁੰਦੇ ਨੇ ਸੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਤੇ ਆਸਟ੍ਰੇਲੀਆ ਫੋਕਸ ਕਰ ਰਿਹਾ ਹੈ ਇਹ ਮੈਂ ਤਾਂ ਜਾਣਨਾ ਚਾਹਨੀ ਹੈ ਤਾਂ ਕਿ ਜਿਹੜਾ ਸਟੂਡੈਂਟ ਅਪਲਾਈ ਕਰਨਾ ਚਾਹੁੰਦਾ ਆਸਟ੍ਰੇਲੀਆ ਲਈ ਉਹ ਪਹਿਲਾਂ ਹੀ ਆਪਣੀ ਪ੍ਰੋਫਾਈਲ ਨੂੰ ਸਮਝੇ ਪਰਖੇ ਤੇ ਉਸ ਤੋਂ ਬਾਅਦ ਅਪਲਾਈ ਕਰਨ ਬਾਰੇ ਸੋਚੇ ਸੋ ਮੈਮ ਹਰਜੋਤ ਜੀ ਇਹਦੇ ਵਿੱਚ ਕੀ ਹੈ ਕਿ ਹੁਣ ਸਾਡੂ ਬੜੀ ਬਥੇਰੀ ਜਿਹੀ ਕਾਲ ਆਉਂਦੀ ਆਸਟ੍ਰੇਲੀਆ ਕਿਉਂਕਿ ਇੱਕ ਬੱਚਾ ਇੱਕ ਕੰਸਲਟੈਂਟ ਨੂੰ ਫੋਨ ਨਹੀਂ ਕਰ ਰਿਹਾ 10 ਕੰਸਲਟੈਂਟ ਨੂੰ ਫੋਨ ਕਰ ਰਿਹਾ ਉਹਦੇ ਵਿੱਚ ਉਹਨੂੰ ਜਿਹੜਾ ਸੂਟ ਕਰਦਾ ਉਹਨੂੰ ਜਿਹੜੀ ਪ੍ਰਾਈਸਿੰਗ ਸੂਟ ਕਰਦੀ ਹੈ ਇੱਕ ਤਾਂ ਹੈਗਾ ਬਹੁਤ ਚੰਗਾ ਕੇਸ ਉਹ ਚੰਗਾ ਕੇਸ ਤਾਂ ਫਿਰ ਕਹਿੰਦਾ ਕੰਸਲਟੈਂਟ ਕਹਿੰਦਾ ਮੈਨੂੰ ਲਿਆ ਮੈਨੂੰ ਲਿਆ ਮੈਨੂੰ ਲਿਆ ਇੱਕ ਤਾਂ ਹੈਗਾ ਮੀਡੀਓਕਰ ਕੇਸ ਤੇ ਇੱਕ ਹੈਗਾ ਵੀਕ ਕੇਸ ਤੋਂ ਤੋ ਤੁਹਾਨੂੰ ਪਤਾ ਹੈ ਕਿ ਵੀ ਕੇਸਸ ਦੀ ਕਾਲਸ ਹਮੇਸ਼ਾ ਜ਼ਿਆਦਾ ਹੋਣੀ ਹੈ ਹੁਣ ਮੈਂ ਆਪਣੇ ਮੈਂ ਸਿਰਫ ਸਿਸਟਮ ਇਹ ਹੈਗਾ ਕਿ ਵੀ ਕਾਲਸ ਦੇ ਉੱਤੇ ਅਸੀਂ ਜ਼ਿਆਦਾ ਕੰਮ ਨਹੀਂ ਕਰਨਾ ਬਿਕਾਜ਼ ਤੁਹਾਨੂੰ ਪਤਾ ਜਿੰਨਾ ਕਿ ਵੀਕ ਪ੍ਰੋਫਾਈਲ ਹੋਏਗਾ ਉਹਨਾਂ ਕਾ ਜ਼ਿਆਦਾ ਨੂੰ ਕੰਮ ਕਰਨਾ ਪੈਣਾ ਐ ਐਂਡ ਕੰਮ ਕਰਨ ਤੋਂ ਬਾਅਦ ਵੀਜ਼ਾ ਸਕਸੈਸ ਰੇਟ ਜਿਹੜਾ ਹੈਗਾ ਉਹ ਵੀਕ ਪਰਸੈਂਟ ਹੁੰਦਾ ਸੋ ਮੈਨੂੰ ਇਹ ਸਮਝ ਆਉਂਦੀ ਹੈ ਕਿ ਆਈ ਥਿੰਕ ਕਿ ਉਸ ਕੇਸਾਂ 'ਚ ਕੰਮ ਕਰਕੇ ਫਾਇਦਾ ਹੀ ਨਹੀਂ ਐ ਜਿੱਦੇ ਕੋਈ ਰਿਜ਼ਲਟ ਆਣਾ ਹੀ ਨਹੀਂ ਐ ਜਾਂ ਰਿਜ਼ਲਟ ਆਣਾ ਹੈ ਤਾਂ ਰਿਫਿਊਜ਼ਲ ਜ਼ਿਆਦਾ ਆ ਰਹੀ ਐ ਸੋ ਐ ਚੋਪੜਾ ਕੰਸਲਟੈਂਸੀ ਆਈ ਫੀਲ ਕਿ ਜਿਹਦੇ ਆਸਟ੍ਰੇਲੀਆ ਵਿੱਚ ਜਾਂ ਤੁਹਾਡਾ ਵੀਜ਼ਾ ਸਕਸੈਸ ਰੇਟ 70% ਤੋਂ ਉੱਤੇ ਐ 80% ਤੋਂ ਉੱਤੇ ਨਹੀਂ ਐ ਉਸ ਕੰਟਰੀ ਵਿੱਚ ਹੱਥ ਪਾ ਕੇ ਫਾਇਦਾ ਨਹੀਂ ਐ ਦੂਜੀ ਗੱਲ ਇਹ ਹੈ ਕਿ ਬਹੁਤ ਚੰਗੇ ਕੇਸ ਜਿਹੜੇ ਹੈਗੇ ਆ 6.5 નો ਲੈਸ ਦਨ 6 ਯੂ ਨੋ no 6% ਸੀਬੀਐਸਸੀ ਬੋਰਡ ਪੇਰੈਂਟ ਗਵਰਨਮੈਂਟ ਜੋਬ ਕਰ ਰਹੇ ਆ ਇਹ ਤਾਂ ਹੱਸ ਕੇ ਵੀਜ਼ਾ ਨਿਕਲਦੇ ਆ ਪਰ ਸਾਡੇ ਗਾਇਬ ਕਰ ਸੋ ਬੇਸਿਕਲੀ ਮੇਰਾ ਜਿਹੜਾ ਕਨਸੈਪਟ ਹੈਗਾ ਤੁਹਾਨੂੰ ਇਹ ਦੱਸਣ ਦਾ ਹੈਗਾ ਕਿ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈਗੀ ਹੈ ਕਿ ਭਈ ਕੌਣ ਸਹੀ ਹੈ ਕੌਣ ਗਲਤ ਹੈ ਕਿਤੇ ਨਾ ਕਿਤੇ ਬੱਚਾ ਵੀ ਸੱਟਾ ਖੇਡ ਰਿਹਾ ਤੇ ਕੰਸਲਟੈਂਟ ਵੀ ਸੱਟਾ ਖੇਡ ਰਿਹਾ ਕਿ ਮੇਰਾ ਵੀਜ਼ਾ ਨਿਕਲ ਕੇ ਤਾਂ ਲੋਟਰੀ ਹੈ ਹੁਣ ਇਹ ਸੱਤੇ ਤੋਂ ਬਚਦੇ ਆਪਾਂ ਕਿਉਂਕਿ ਵੀਜ਼ਾ ਆਸਟ੍ਰੇਲੀਆ ਵਿੱਚ ਤੁਸੀਂ ਸਿਰਫ ਇੱਕ ਵਾਰ ਲੋਜ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਲੋਜ ਬੈਂਡ ਨਹੀਂ ਕਰ ਸਕਦੇ ਆਸਟ੍ਰੇਲੀਅਨ ਹਾਈ ਕਮਿਸ਼ਨ ਤੁਹਾਨੂੰ ਐਂਟਰਟੇਨ ਨਹੀਂ ਕਰੇਗੀ ਜਦ ਤੁਹਾਡਾ ਰਿਫਿਊਜ਼ਲ ਦੁਬਾਰਾ ਇੱਕ ਵਾਰ ਆ ਗਿਆ ਇਹ ਕੈਨੇਡਾ ਨਹੀਂ ਹੈ ਕਿ ਭਈ ਤੁਸੀਂ ਪੋਸਟਾ ਦੇਖ ਰਹੇ ਹੋ ਕਿ ਵੀਜ਼ਾ ਰਿਫਿਊਜ਼ਲ ਵੀਜ਼ਾ ਸੈਪਟਡ ਆਫਟਰ 8 ਰਿਫਿਊਜ਼ਲਸ 9 ਰਿਫਿਊਜ਼ਲਸ ਤੁਸੀਂ ਆਸਟ੍ਰੇਲੀਆ ਕੋਈ ਇਹ ਜੀ ਵੀਡੀਓ ਨਹੀਂ ਦੇਖੀ ਹੋਣੀ ਕਿਉਂਕਿ ਆਸਟ੍ਰੇਲੀਆ ਨੇ ਸਿੱਧਾ ਹੀ ਇਹ ਚੀਜ਼ ਗਿਆ ਕਿ ਵਨ ਦਾ ਸਟੂਡੈਂਟ ਹੈਜ਼ ਬੀਨ ਰਿਫਿਊਜ਼ਡ ਯੂ ਕੈਨ ਓ ਯੂ ਮਤਲਬ ਇਟ ਇਜ਼ ਗੁੱਡ ਦੈਟ ਯੂ ਸ਼ੁੱਡਨਟ ਨਾਟ ਯੂ ਸ਼ੁੱਡ ਨਾਟ ਰਿਪਲਾਈ ਰੀਐਪਲਾਈ ਦ ਕੇਸ ਸੋ ਇੱਕ ਚਾਂਸ ਹੈਗਾ ਦੇ ਬੱਚੇ ਨੂੰ ਅਵੇਰਨੈਸ ਇਹ ਹੋਣੀ ਚਾਹੀਦੀ ਹੈ ਜੇ ਬਹੁਤ ਚੰਗਾ ਕੇਸ ਹੈਗਾ ਤਾਂ ਯੂਨੀਵਰਸਿਟੀ ਵਿੱਚ ਫਾਈਲ ਲਗਾਏ ਲੈਵਲ 1 ਦੇ ਉੱਤੇ ਕਰੇ ਕਿ ਕੰਮ ਬਟ ਕਿਤਨਾ ਕਿਤੇ ਨਾ ਉਹ ਫੰਡਾਂ ਵਿੱਚ ਆ ਕੇ ਫਸ ਜਾਂਦਾ ਜੇ ਫੰਡਾਂ ਵਿੱਚ ਆ ਕੇ ਫਸ ਜਾਂਦਾ ਤਾਂ ਪਹਿਲਾਂ ਹੀ ਬੱਚਾ ਇੰਨਾ ਕਿ ਮਚਿਓਰ ਰਹੇ ਕਿ ਉਹਨੂੰ ਜਦ ਆਪਣੀ ਫਾਈਲ ਦੇਣਾ ਹੈ ਕੰਸਲਟੈਂਟ ਤੋਂ ਕਿ ਉਹਦੇ ਫੰਡ ਮਚਿਓਰ ਹੋਣ ਸੋ ਦੈਟ ਕਿਤੇ ਨਾ ਕਿਤੇ ਗੈਪ ਨਾ ਪਏ ਮਤਲਬ ਫੰਡ ਮਚ्योर ਹੋਣ ਕੇ ਤਾਂ ਆਬਵੀਅਸਲੀ ਤੁਹਾਡੇ ਜੀਟੀਵੀ ਪ੍ਰੋਪਰਲੀ ਨਿਕਲੇਗੀ ਹੁਣ ਕਿਤੇ ਨਾ ਕਿਤੇ ਕੰਸਲਟੈਂਟ ਕਹਿੰਦਾ ਕਿ ਬਈ ਨਹੀਂ ਤੁਹਾਡੇ ਫੰਡ ਮਚ्योर ਨਹੀਂ ਹੈ ਤੁਸੀਂ ਕਾਲਜ ਵਿੱਚ ਫਾਈਲ ਲਾ ਲਓ ਉੱਥੇ ਬੱਚੇ ਦਾ ਕੇਸ ਖਰਾਬ ਹੋ ਜਾਂਦਾ ਸੋ ਇਹਦੇ ਵਿੱਚ ਬੱਚਿਆਂ ਨੂੰ ਅਵੇਅਰਨੈਸ ਹੋਣ ਦੀ ਜ਼ਰੂਰਤ ਹੈ ਕਿ ਜਦ ਬੱਚੇ ਦਾ ਕੇਸ ਚੰਗਾ ਹੈ ਬੱਚੇ ਨੂੰ ਆਪਣੇ ਹੱਥ ਨਾਲ ਪਾਇ ਚੱਲ ਜਾਂਦਾ ਕਿ ਮੇਰਾ ਕੇਸ ਚੰਗਾ ਹੈ ਤਾਂ ਮੇਰਾ ਵੀਜ਼ਾ ਨਿਕਲੇਗਾ ਉਹ ਵੀਜ਼ੇ ਉਹ ਬੱਚੇ ਥੋੜਾ ਯੂਨੀਵਰਸਿਟੀ ਵੱਲ ਜ਼ਿਆਦਾ ਧਿਆਨ ਦੇਣ ਫੰਡ ਹੈ ਗਿਆ ਉਹਨਾਂ ਨੂੰ ਪੁਰਾਣੇ ਕਰ ਲੋ ਜਾਂ ਕਿਤੇ ਨਾ ਕਿਤੇ ਕੁਛ ਲਾ ਕੁਛ ਮਤਲਬ 2-4 2-4 ਮਹੀਨੇ ਲਈ ਪੈਸੇ ਮੈਨੇਜ ਕਰ ਲੋ ਨਹੀਂ ਤਾਂ ਫਿਰ ਆਬਵੀਅਸਲੀ ਇਹ ਕੰਸਲਟੈਂਟ ਤੁਹਾਨੂੰ ਹੋਏਗੀ ਇਹੀ ਚੀਜ਼ ਹੋਏਗੀ ਕਿ ਤੁਸੀਂ ਆਪਣੀ ਫਾਈਲ ਨੂੰ ਜ਼ਿਆਦਾ ਕਾਲਜਵਲ ਪਾਓਗੇ ਦੇਦੇ ਵੀ ਥੋੜਾ ਜਿਹਾ ਵੀਜ਼ਾ ਸਕਸੈਸ ਰੇਟ ਘੱਟ ਹੈਗਾ ਸੋ ਮੇਰਾ ਇਹ ਕਹਿੰਦਾ ਮਤਲਬ ਹੈਗਾ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈਗੀ ਆ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਬਿਲ ਬਿਲਕੁਲ ਸੋ ਸਟੂਡੈਂਟ ਜੋ ਹੈ ਪੂਰੇ ਢੰਗ ਨਾਲ ਸਹੀ ਢੰਗ ਨਾਲ ਅਵੇਅਰ ਹੋ ਸਕਣ ਇਸੇ ਲਈ ਅਸੀਂ ਇਹ ਵੀਡੀਓ ਵੀ ਹਮੇਸ਼ਾ ਲੈ ਕੇ ਆਨੇ ਆ ਤਾਂ ਕਿ ਸਟੂਡੈਂਟ ਨੂੰ ਇੱਕ ਇੱਕ ਪੁਆਇੰਟ ਜੋ ਹੈ ਕਲੀਅਰ ਕਰ ਸਕੀਏ ਬਹੁਤ سارے ਸਵਾਲ ਵੀ ਅਕਸਰ ਸਟੂਡੈਂਟਸ ਸਾਡੇ ਕੋਲ ਰਹਿੰਦੇ ਨੇ ਸੋ ਫਿਲਹਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿੱਥੇ ਗੱਲ ਕਰ ਰਹੇ ਹਾਂ ਉਹਦੇ ਜੀ ਪਹਿਲਾਂ ਤਾਂ ਇਨਟੇਕਸ ਨੂੰ ਲੈ ਕੇ ਫੈਬ ਇਨਟੇਕ ਨੂੰ ਲੈ ਕੇ ਵੀ ਸਵਾਲ ਅਸੀਂ ਅਪਲਾਈ ਪਹਿਲਾਂ ਕਰ ਲਈਏ ਕਿਹੜੀ ਡਾਕੂਮੈਂਟੇਸ਼ਨ ਨੂੰ ਲੈ ਕੇ ਵੀ ਅਸੀਂ ਆਸਟ੍ਰੇਲੀਅਨ ਹਮੇਸ਼ਾ ਦੇਖਦੇ ਆ ਕਿ ਬਹੁਤ ਵਰਕ ਹੁੰਦਾ ਹੈ ਕਈ ਤਰ੍ਹਾਂ ਦੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਫੰਡਸ ਨੂੰ ਲੈ ਕੇ ਜੋ ਹੈ ਰਿਕੁਆਇਰਮੈਂਟਸ ਸਟੂਡੈਂਟਸ ਕਈ ਵਾਰੀ ਗਲਤੀ ਕਰ ਦਿੰਦੇ ਨੇ ਜਿੱਥੇ ਕਿ ਉਹਨਾਂ ਦੀ ਰਿਫਿਊਜ਼ਲ ਵੀ ਬਣ ਜਾਂਦੀ ਹੈ ਉਸ ਕਰਕੇ ਜੀਟੀ ਨੂੰ ਲੈ ਕੇ ਬਹੁਤ سارے ਸਵਾਲ ਨੇ ਕਿਉਂ ਜੀਟੀ ਟਾਈਮਲੀ ਕਲੀਅਰ ਨਹੀਂ ਹੋ پا ਰਹੀ ਹੈ ਕਈ ਸਟੂਡੈਂਟਸ ਦੀ ਤੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਟਾਈਮ ਲੰਘ ਚੁੱਕਿਆ ਹੈ ਜੀਟੀ ਡਿਲੇ ਹੋਇਆ ਹੈ ਉਹ ਸਟੂਡੈਂਟ ਕੀ ਕਰੇ ਅੱਜ ਦੇ ਸਮੇਂ ਵਿੱਚ ਸੋ ਮੈਮ ਜੀਟੀ ਡਿਲੇ ਹੈਗਾ ਆਬਵੀਅਸਲੀ ਯੂ ਹੈਵ ਟੂ ਟਾਕ ਟੂ ਦ ਯੂਨੀਵਰਸਿਟੀ ਅਗੇਨ ਐਂਡ ਅਗੇਨ ਕਿਉਂਕਿ ਇੱਕ ਫਰਸਟ ਇਨ ਫਰਸਟ ਆਊਟ ਦੇ ਹੁੰਦੇ ਯੂਨੀਵਰਸਿਟੀ ਕੰਮ ਕਰਦੀ ਹੈ ਜਿੱਦੀ ਜੀਟੀ ਕਲੀਅਰ ਹੋ ਰਹੀ ਹੈ ਆਬਵੀਅਸਲੀ ਉਹ ਨੂੰ ਸੀਓਈ ਦੇਗੀ ਅਨਕੰਡੀਸ਼ਨਲ ਦੇਗੀ ਜਿੱਦੀ ਜੀਟੀ ਨਹੀਂ ਕਲੀਅਰ ਹੋ ਰਹੀ ਉਹਦਾ ਕੇਸ ਡੈਫਰ ਹੋਏਗਾ ਬਿਕਾਜ਼ ਹਰੇਕ ਮੈਮ ਦੇਖੋ ਹਰੇਕ ਚ ਇੱਕ ਲੇਬਰ ਇੰਟੈਂਸਿਵ ਵਰਕ ਹੈਗਾ ਸੋ ਕਿਤੇ ਵੀ ਆਪਾਂ ਕਹਿ ਦਈਏ ਕਿ ਬਈ ਏਆਈ ਆ ਗਈ ਆ ਕੁਝ ਵੀ ਆ ਗਿਆ ਇੱਕ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਹੈ ਇਹ ਮੈਨੂਅਲੀ ਹੀ ਹੋਏਗਾ ਹਮੇਸ਼ਾ ਕਿਉਂਕਿ ਬਹੁਤ ਚੀਜ਼ਾਂ ਹੁੰਦੀ ਹੈ ਪੜਨ ਵਾਲੀ ਸਮਝਣ ਵਾਲੀ ਬੇਸਿਕਲੀ ਹਿਊਮਨ ਮਾਈਂਡ ਹਰ ਸਾਡਾ ਰੀਡ ਕਰ ਸਕਦਾ ਹੈ ਤੋਂ ਕਿਸੇ ਨਾ ਕਿਸੇ ਗੱਲ ਤੇ ਯੂ ਕੈਨੋਟ ਤੁਹਾਡੇ ਕੋਲ ਵੀ ਇੱਕ ਕੋਟਾ ਹੈਗਾ ਫ फेब्रुवारी ਇਨਟੇਕ ਦਾ ਜਾਂ ਨਵੰਬਰ ਇਨਟੇਕ ਦਾ ਉਸ ਕੋਟੇ ਤੋਂ ਤੁਸੀਂ ਇਨਟੇਕ ਜ਼ਿਆਦਾ ਕਰੋਗੇ ਤਾਂ ਆਬਵੀਅਸ ਤੁਹਾਡਾ ਕੇਸ ਡੈਫਰ ਹੋਈ ਗਈ ਹੋਏਗਾ ਸੋ ਗੱਲ ਕਰਦੇ ਆਪਾਂ ਹੁਣ ਇਨਟੇਕ ਦੇ ਉੱਤੇ ਸਾਡੇ ਕੋਲ ਜਿਹੜੀ ਇਨਟੇਕ ਅਵੇਲੇਬਲ ਹੈਗੀ ਹੈ ਉਹ ਦੈਟ ਇਜ਼ ਦ ਬਿਗੇਸਟ ਇਨਟੇਕ ਨਾਓ ਫ फेब्रुवारी ਇਨਟੇਕ ਸਾਡੇ ਕੋਲ ਹੈਗੀ ਹੈ ਜੋ ਸਭ ਤੋਂ ਵੱਡੀ ਚੱਲ ਰਹੀ ਹੈ ਹਲੇ ਸੋ ਫੈਬਰੂਰੀਂ ਟੇਕ ਵੀ ਤੁਸੀਂ ਆਪਣੀ ਫਾਈਲ ਲਾਂਚ ਕਰਨਾ ਚਾਹੁੰਦੇ ਹੋ ਲੈਵਲ 1 ਯੂਨੀਵਰਸਿਟੀਆਂ ਬਹੁਤ ਵਧੀਆ ਤਰੀਕੇ ਨਾਲ ਓਪਨ ਹੈਗੀਆਂ ਉੱਥੇ ਅਪਲਾਈ ਕਰੋ ਫੰਡ ਜੇਨੂਮਨ ਕਰੋ ਬਿਕੋਜ਼ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਐਂਡ ਟਾਈਮਲੀ ਆਪਣਾ ਵੀਜ਼ਾ ਹਾਸਿਲ ਕਰੋ ਜੀ ਬਿਲਕੁਲ ਸੋ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਜ਼ਰੂਰ ਜਿਹੜੇ ਸਟੂਡੈਂਟਸ ਨੇ ਉਹ ਜਿਹੜਾ ਨੰਬਰ ਡਿਸਪਲੇਅ ਸਕਰੀਨ ਤੇ ਇਸ ਉੱਪਰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਫੈਬ੍ਰੂਰੀਂ ਟੇਕ ਲਈ ਅਪਲਾਈ ਕਰਨਾ ਹੈ ਟਾਈਮਲੀ ਚੀਜ਼ਾਂ ਸਮਝ ਲਓ ਅਗਰ ਹਲੇ ਤੱਕ ਅਪਲਾਈ ਨਹੀਂ ਕੀਤਾ ਹੈ ਟਾਈਮਲੀ ਚੀਜ਼ਾਂ ਸਮਝਦੇ ਹੋਏ ਆਪਣਾ ਪ੍ਰੋਸੈਸ ਸ਼ੁਰੂ ਕਰਵਾਓ ਤਾਂ ਕਿ ਤੁਹਾਡੇ ਪ੍ਰੋਸੈਸ ਵਿੱਚ ਕੋਈ ਦਿੱਕਤ ਨਾ ਆਵੇ ਤੇ ਸਮੂਥਲੀ ਪ੍ਰੋਸੈਸ ਕੰਪਲੀਟ ਕਰਦੇ ਹੋਏ ਤੁਸੀਂ ਆਪਣਾ ਵੀਜ਼ਾ ਵੀ ਹਾਸਲ ਕਰ ਸਕੋ ਇਸ ਨੰਬਰ ਤੇ ਤੱਕ ਕਾਲ ਕਰੀ ਸਕਦੇ ਹੋ ਨਾਲ ਦੀ ਨਾਲ ਜੇਕਰ ਤੁਸੀਂ ਚੋਪੜਾ ਕੰਸਲਟੈਂਸੀ ਵਿਜ਼ਿਟ ਕਰਦੇ ਹੋ ਤਾਂ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਅਸੈਸਮੈਂਟ ਕਰਵਾਓ ਰਾਈਟ ਆਪਸ਼ਨਜ਼ ਦੇ ਨਾਲ ਅੱਗੇ ਵਧੋ ਬਹੁਤ ਬਹੁਤ ਥੈਂਕਸ ਉਦੇਜ ਜੀ ਤੁਸੀਂ ਢੇਰ ਸਾਰੀ ਵਧੀਆ ਗੱਲਾਂ ਇਨਫੋਰਮੇਸ਼ਨ ਜੋ ਹੈ ਜਿਕ ਵਾ ਫਿਰ ਤੋਂ ਸਟੂਡੈਂਟਸ ਅਨਲਿਸਿਸ ਵੀਡੀਓ ਦੇ ਜ਼ਰੀਏ ਸਾਂਝੀ ਕੀਤੀ ਹੈ ਤੇ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਵੀ ਸਾਂਝੇ ਕਰ ਸਕਦੇ ਨੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਸਸਕਾਰ